ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਡਾਕਟਰ ਸਾਹਿਬ ਓਏ ਆ ਗਿਆ ਪਤੰਦਰਾ, ਮੈਨੂੰ ਅੱਧਾ ਘੰਟਾ ਹੋ ਗਿਆ ਬੈਠੇ ਨੂੰ। ਆ ਗਿਆ ਬਾਦਸ਼ਾਹ, ਮਾਂ ਜੋ ਜੀ ਆ ਜਾਓ ਮੇਰਾ ਛੇਤੀ, ਮੈਂ ਰੋਟੀ ਛਕਣ ਲੱਗ ਗਿਆ ਸੀ। ਰੋਟੀ ਵੀ ਦੇਦਾ ਪਤੰਦਰਾ ਜਿੰਨੀ ਆ। ਹੋਰ ਠੀਕ ਆ ਪਰਿਵਾਰ? ਜੇ ਠੀਕ ਹੁੰਦਾ ਫਿਰ ਤੇਰੇ ਕੋਲ ਮੈਂ ਲੈਣ ਕੀ ਆਉਂਦਾ ਸੀਗਾ। ਚਾਦਰਾ ਬਣ ਜੂ ਨਹੀਂ, ਚਾਦਰਾ ਘੱਟ ਚੀਜ਼ ਆ, ਕੈਪਰੀ ਅੱਡ ਚੀਜ਼ ਆ। ਖੂੰਡਾ ਨੀ ਮੈਂ ਚੱਕਿਆ ਗਿਆ, ਰੋਟੀ ਖਾਈ ਜਾਂਦਾ ਸੀ। ਆਥਣ ਵੇਲਾ ਜੀ, ਆਥਣ ਸੋਤੇ? ਹਾਂ ਹਾਂ ਸੋਤੇ। ਅੱਛਾ, ਕਿਹੜੀ ਬਾਂਹ ਭਲਾ? ਇੱਧਰ ਲਾਬਾ ਸਹੀ ਆ ਜੀ, ਆਹ ਆਹ ਸਾਰਾ ਸਾਰਾ। ਹਾਂਜੀ, ਦਵਾਈ ਲਿਖ ਦਿੰਦਾ, ਪੰਜ ਚਾਰ ਮਿੰਟਾਂ ਲੱਗ ਜੇ ਗਾਂਹ ਵਗ ਜਾ, ਰੈਫਰ ਨਾ ਕਰ ਦਿਆ। ਓ ਤੂੰ ਆਪ ਦਵਾਈ ਦੇ ਦੇ ਕੋਲੋਂ, ਰੈਫਰ ਕਰੇਗਾ ਉਦੋਂ ਮੇਰਾ ਪਾਸਾ ਖਰਜੂ। ਨਹੀਂ ਆਇਆ ਨਾ ਮੇਰੇ ਕੋਲ ਪੇਸ਼ੈਂਟ, ਹੋਰ ਬੜੇ ਉਤਲੀ ਬੰਡਲ ਚ ਪਾਏ ਨੇ 20 ਮਰੀਜ਼ ਤਾਂ ਤੈਨੂੰ ਪਤਾ, ਤੇ ਥੱਲੇ ਬੇਸਮੈਂਟ ਚ ਵੀ ਨੇ 25-30 ਮਰੀਜ਼। ਕੋਈ ਨੀ, ਉਹਨੂੰ ਸੰਭਾਲੀ, ਪਹਿਲਾਂ ਮੈਨੂੰ ਦਵਾਈ ਦੇ ਦੇ, ਬੁੜੀਆਂ ਨੇ ਲੜ ਲੜ ਮੈਨੂੰ ਘਰੋਂ ਭੇਜਿਆ। ਅੱਛਾ, ਹੋਰ ਕਹਿੰਦਾ ਡਾਕਟਰ ਨੂੰ ਦਿਖਾ ਕੇ ਅਗੜਾ ਆ। ਤੈਨੂੰ ਵੀ ਹੋਵੇ ਇੱਧਰ ਅੰਗ ਜਾ ਹਨਾ, ਇੱਥੋਂ ਆ ਚੀਜ਼ ਹੈ। ਹਾਂਜੀ ਹਾਂਜੀ, ਆਹੀ ਬਾਂ, ਆਹੀ ਬਾਂ, ਖੂੰਡਾ ਨੀ ਚੱਕਿਆ ਜਾਂਦਾ ਜੀ ਪੂਰਾ। ਹੁਣ ਚੱਕ ਕੇ ਦੇਖਾਂ। ਲੈ ਜੇ ਚੱਕਿਆ ਜਾਂਦਾ ਤਾਂ ਮੈਂ ਤੇਰੇ ਕੋਲ ਲੈਣ ਕੀ ਆਉਂਦਾ? ਕੀ ਪਤਾ ਚੱਕਿਆ ਜਾਵੇ, ਛੋਟਾ ਤੂੰ ਹੈ ਬੇ। ਤੇਰੀ ਉਹੀ ਗੱਲ ਹੈ ਡਾਕਟਰ, ਰੱਜਿਆ ਦਾਰੂ ਦਾ ਉੱਤੇ ਡਿੱਗੀ ਜਾਂਦਾ। ਖੂੰਟੇ ਦੀ ਗੱਲ ਕਰਦਾ, ਮੈਂ ਕਿਹਾ ਤਾਂ ਛੋਟਾ ਹੀ ਆ। ਉਹ ਇਹ ਤਾਂ ਛੋਟਾ, ਤੂੰ ਇਹਨੂੰ ਰੱਖ ਦੇ ਪਾਸੇ, ਤੂੰ ਮੈਨੂੰ ਦਵਾਈ ਦੇ ਜਾ ਕੇ ਨਾ। ਮਤਲਬ ਵੀ ਇੱਕ ਪਾਸਾ? ਹਾਂ ਇੱਕ ਪਾਸਾ। ਝਰਨ ਝਰਨ ਜੇ ਕਰਦਾ? ਹਾਂਜੀ ਹਾਂਜੀ, ਝਰਨ ਝਰਨ। ਅੱਛਾ, ਮਤਲਬ ਐਂ ਜੇ ਕਰੀ ਜਾਂਦਾ ਜਿਵੇਂ, ਮਤਲਬ ਵੀ ਹੁਣ ਮੇਰੇ ਨਾਲ ਕੀ ਬੁੜਕ ਹੈ? ਫਿਰ ਉਹੀ ਗੱਲ ਤੇਰੀ ਡਾਕਟਰਾ। ਨਹੀਂ ਵੀ ਮਤਲਬ ਉਦਾਹਰਨ ਤੌਰ ਤੇ, ਜਿਵੇਂ ਦਾਰੂ ਵਾਲੇ ਦੇ ਨੀ ਆਏ ਹੱਥ ਪੈਰ ਜੇ ਕੰਮੀਆਂ ਦੇ ਆਉਂਦੇ। ਅੱਛਾ, ਐਂ ਜੇ ਕੰਬਣੀ ਜੀ ਛਿੜੀ ਜਾਂਦੀ ਐਂ ਜੇ, ਐਸ ਪਾਸੇ ਸਿਰ ਚ ਕੋਈ ਚਾਕਰ ਝੁੰਡੀਆਂ ਚੜ੍ਹਦੀਆਂ ਹੁਣ। ਇੱਥੋਂ ਨੀ ਚਾਕਰ ਝੁੰਡੀਆਂ, ਜੀ ਜਾ ਕੱਚਾ ਕੱਚਾ ਜਿਹਾ ਹੋਈ ਜਾਂਦਾ। ਅੱਛਾ, ਕੋਈ ਮਾਗਰ ਪਾਸਾ ਲੈ ਦੋ, ਜਲੂਣ ਦੀ ਹਾਲਤ ਹੋਵੇ। ਮਾਗਰ ਤਾਂ ਨੀ ਹੁੰਦੀ ਵਾਰੀ, ਅੱਗੇ ਦਾ ਡਾਕਟਰ ਸਾਹਿਬ ਦੇ ਟ੍ਰਾਂਸਫਾਰਮ ਜੇ ਕੋਲੇ ਤਾਂ ਉਹ ਹੁੰਦਾ ਅੱਗੇ ਹੁੰਦੀ ਆ। ਹਾਂ ਐਂ ਜੇ ਬੁਰਕੀਆਂ ਜਾਂ ਨਿਕਲੀ ਜਾਂਦੀਆਂ ਐਂ ਜੇ। ਫਿਰ
ਜੇ ਤੈਨੂੰ ਉਤਲੀ ਮੰਜ਼ਲ ਤੇ ਐਡਮਿਟ ਕਰ ਲਾਂ। ਓਏ ਐਡਮਿਟ ਫੇਰ ਕਰ ਲਈ, ਪ੍ਰਾਹੁਣਿਆਂ ਕੋਈ ਟੀਕਾ ਟੁਕਾ ਲਾ ਦੇ, ਗੋਲੀ ਦੇ ਦੇ। ਰੋਗ ਵੱਡਾ, ਪਹਿਲਾਂ ਤਾਂ ਤੇਰੇ ਖੂਨ ਟੈਸਟ ਲਿਖਣਾ 25-30। ਓਏ ਫੇਰ ਲਿਖ ਦੇ, ਐਡੀ ਲਿਸਟ ਨਾ ਬਣਾ, ਪੈਸਾ ਹੈ ਨੀ ਵਿਆਹ ਖਾਣ ਨੂੰ। ਪੈਸੇ ਨੂੰ ਤਾਂ ਕੀ ਆ, ਸਰੀਰ ਨਾਲੋਂ ਚੰਗਾ ਕੁਛ ਕੰਮ ਲਿਆ ਭਜਾ। ਕਣ ਕੁਣਕ ਵੇਚਾਂਗੇ ਵੀ, ਹਿਸਾਬ ਉਹ ਵੀ ਕਰਾਂਗੇ ਤੇਰੇ ਨਾਲ। ਮਹਿੰਗਾਈ ਘੱਟ ਦੀ ਨਾ ਜੀ, ਘੱਟ ਦੀ ਨਾ ਜੇ ਕਰਦੇ ਹੋ। ਹਾਂ ਹੁਣ ਉਹ ਉਮਰ ਦੇ ਹਿਸਾਬ ਨਾਲ ਰਹੀ ਨੀ ਕਰਦਾ, ਤੇ ਮੈਂ ਛੱਡਦੇ ਕਿਉਂ ਐਵੇਂ ਤੇ ਟੱਕਰਾਂ ਮਾਰਦਾ। ਛੱਡਤਾ ਜੇ ਗਏ ਤੇਰੇ ਵਰਗੇ ਹੁਣ ਜਿਹੜੇ ਮਰੀਜ਼ ਰਾਤ ਨੂੰ ਗਰੀਸ ਕਰਦੇ। ਫਿਰ ਮੈਂ ਸਰਿੰਜਾ ਸਾਮੀ ਬੈਠਾ, ਉਦੋਂ ਬੈਰੰਗਾਲੀ ਆਉਂਦੀ ਸੀ ਜਾਂ ਆਉਂਦੀ ਸੀ ਗੋਲੀ ਵਾਲੀ। ਹਾਂਜੀ, ਮੱਛੇ ਬਾਲ ਕੇ ਤੇ ਅਸੀਂ ਦੁਬਾਰੇ ਕੰਮ ਲੈ ਲੈਂਦੇ, ਹੁਣ ਤਾਂ ਨਵੀਂ ਲਾਉਣੀ ਪੈਂਦੀ ਆ। ਹਾਂ ਹੁਣ ਤਾਂ ਹਰੇਕ ਦੇ ਬਾਲ ਕੇ, ਮੇਰਾ ਬਾਪੂ ਕਹਿੰਦਾ ਵੀ ਜਿਹੜਾ ਹਥਿਆਰ ਤੈਨੂੰ ਦੇ ਗਿਆ ਕਮਾਈ ਨਾ। ਹਾਂ ਕਮਾਉਣਾ ਵੀ ਚਾਹੀਦਾ ਜੀ ਨਿਸ਼ਾਨੀ। ਹਾਂ ਉਸ ਤੋਂ ਬਾਅਦ ਮੈਂ ਨੀ ਕਦੋ ਤਿੰਨ ਕੰਨ ਸੀ ਫੜੀ ਪੇ ਪੜੀ, ਉਹੀ ਸੰਡ ਉਹੀ ਸੰਦੇੜੇ ਉਹੀ ਸੂਈਆਂ ਉਹੀ ਤਿੱਖੀਆਂ ਉਹੀ ਬੂਈਆਂ ਬੈਠਾ ਨਾਲ ਹੀ ਸਾਰਾ ਸਮਾਨ ਸਜਾ ਦੇ ਗਿਆ। ਇੱਕ ਹੋਰ ਦੇਖ ਪਤਾ ਨੀ ਕੀ ਕਰਿਆ ਮਾਤਾ, ਕਿਵੇਂ ਜੀ ਉਹਨੂੰ 40 ਸਾਲ 50 ਹੋ ਗਏ ਗਏ ਨੂੰ, ਉਹਦਾ ਸੁਰਗ ਚ ਬਾਦਸ਼ਾਹ ਹੋਵੇ ਬੈਦ ਸਾਹਿਬ ਦਾ, ਆ ਝੋਲੇ ਚੋ ਦਵਾਈ ਨੀ ਮੁੱਕੀ ਓਨੀ ਦੀ ਓਨੀ ਪਈ। ਅੱਛਾ ਜੀ, ਕਮਾਲ ਮੰਨ ਗਿਆ ਯਾਰ, ਪੁਰਾਣੇ ਬੈਦ ਰੱਬ ਵਰਗੇ ਸੀ। ਹੁੰਦਾ। ਅੱਛਾ ਇਹ ਤਾਂ ਫਿਰ ਮਤਲਬ ਬੋਕ ਦੀ ਨਸਲ ਚੋ ਮੰਨਾ। ਉਹ ਤਾਂ ਮੈਨੂੰ ਕੀ ਪਤਾ, ਤੁਹਾਨੂੰ ਪਤਾ ਡਾਕਟਰ ਹੋ। ਦਵਾਈ ਮੈਨੂੰ ਐ ਲੱਗਦਾ ਨਿਹਾਲੋ ਨੇ ਕਿਤੇ ਦੇ। ਅੱਛਾ ਮੇਰੇ ਵਾਲੀ ਦਵਾਈ ਦੇਤੀ ਹੈ। ਦਵਾਈ ਬੰਦਿਆ ਹੀ ਕਾਕੜਾ ਗਲਾਇਆ ਸੀ, ਇੱਥੇ ਪਤਾ ਨੀ ਕਿੱਧਰ ਗਿਆ। ਮੇਰੇ ਸਹੁਰੇ ਦਾ ਕਿਤੇ ਐ ਤਾਂ ਨੀ ਵੀ ਬਾਬਾ ਧਾਰ ਚ ਲਿਖਿਆ ਹੋਊਗਾ ਕਿਤੇ ਐ ਕਰੀ ਜਾਂਦਾ ਹੋਵੇ। ਚੰਗੇ ਟੀਕੇ ਲਾ ਦਿਓ, ਸੂਈ 11 ਨੰਬਰ ਲਾਵਾ ਕੇ 2x20। ਪਤਲੀ ਜੀ ਲਾਇਓ ਜੀ, ਪਤਲੀ ਤਾਂ ਹੁਣ ਹੱਥ ਲਾ ਕੇ ਦੇਖ ਲੈਣਾ ਮੇਰੀ ਨਿਗਾਹ ਘੱਟ ਆ। ਡਾਕਟਰ ਤੂੰ ਮਸ਼ਕਰ ਨਾ ਕਰ ਮੇਰੇ ਨਾਲ, ਨਹੀਂ ਨਿਗਾ ਨੀ ਅੱਗ ਲੱਗਦੀ। ਤੂੰ ਦਵਾਈ ਦੇ ਯਾਰ, ਲਾਈਟ ਲੂਟ ਗੱਲ ਲੱਗ ਕੋਈ। ਇੱਕ ਤਾਂ ਨਾ ਮੇਰੇ ਕੋਲ ਏਜੰਸੀਆਂ ਵਾਲੇ ਬਾਹਲੇ ਆਉਂਦੇ ਦਵਾਈ ਵਾਲੇ,
ਅੱਛਾ ਸਰਿੰਜ ਫ੍ਰੀ ਮਿਲਦੀ ਆ ਸਾਨੂੰ, ਸਰਿੰਜਾਂ ਬਾਹਲੀਆਂ ਕਾਕਰੇ ਘੱਟ ਬੈਂਕ ਦੇ ਕਾਕੜੇ ਲਿਆ, ਹੋਰ ਲਿਆ ਕਾਕੜੇ ਅੱਗ ਲਾ ਲਾ ਜਾਵਾਂਗੇ। ਉਹ ਆਏ ਰੋਗ ਜਿਹਾ ਪਾਈ ਜਾਂਦਾ ਬੈਗ ਭਰਿਆ ਦੇ ਕੇ ਅਗਲਾ ਕਹਿੰਦਾ ਦਵਾਈ ਹੋ ਲੱਖ ਦੋ ਲੱਖ ਦੀ ਤਾਂ ਹਾਂ ਇਹ ਤਾਂ ਗੱਲ ਹੈਗਾ ਜੀ। ਕੱਟਰ ਫੋਨ ਨੂੰ ਭਾਵਾਂ ਜੀ ਡਾਲ ਨੀ ਮੇਰੇ ਕੋਲੇ, ਨਾ ਨਾ ਬੈਗ ਬਹੁਤ ਤਕੜੇ ਜੀ ਤੁਹਾਡੀ ਤਾਂ ਨੇੜੇ ਨੇੜੇ ਪਿੰਡਾਂ ਚ ਪੂਰੀ ਚਰਚਾ ਗਈ ਕਰਨ ਦੀ ਗੱਲ ਆ। ਡਾਕਟਰ ਸਾਹਿਬ ਬਟਨਾ ਲੈਂਦੀਆਂ ਕੀ ਕਾਕੜੀਆਂ, ਇਹ ਤਾਂ ਫਿਰਨਾ ਇਹ ਚੀਜ਼ ਤੇਰੇ ਡੇਟ ਤਾਂ ਨੀ ਲੰਘੀ। ਉਹ ਦੇਖੀਓ ਕਿਤੇ ਮਾਰਦੇ ਬੁੜੇ ਨੂੰ ਇੱਥੇ ਨਿੰਮੋ ਸਲਾਈਡ ਪੈਦਾ ਸਿੱਟਾ ਮੋਲ ਦਾ ਇੰਜੈਕਸ਼ਨ ਦੇ ਦੇ 50 ml ਪੰਜਾਹ ਦੇਖ ਲੈ ਮੈਂ ਡੋਜ਼ ਚੱਲ ਜੂਗਾ ਕਿ ਨਾ ਨਾ ਚੱਲੀ ਫਿਰ ਉਹ ਵੀ ਬਚਦਾ ਤਾਂ ਤੂੰ ਹੈ ਨੀ ਜਿਹੜੇ ਲੁੱਟ ਹਾਲਾਤ ਆ ਐ ਨਾ ਐਮਰਜੈਂਸੀ ਕੇਸ ਹੈ ਕਿਹੜਾ ਕੋਈ ਐ ਆ ਬਸ ਥੋੜਾ ਪਰੀ ਡਾਕਟਰ ਸਾਹਿਬ ਮਤਲਬ ਵੀ ਮਾਮੂਲੀ ਗੱਲ ਆ ਬਾਕੀ ਆਏ ਅਮਲੀ ਭੰਗੀ ਬੰਦਾ ਘੁੰਗਰ ਜਾ ਤੇ ਫਿਰ ਦਵਾਈ ਤਾਂ ਖੈਰ ਪੂਰੀ ਡੋਜ਼ ਹੀ ਕੰਮ ਕਰੂ ਜੀ, ਮਾੜੀ ਮੋਟੀ ਡੋਜ਼ ਤਾਂ ਕੰਮ ਨਹੀਂ ਕਰਦੀ। ਇੱਥੇ ਸੂਈ ਅੱਗ ਲਾਈ ਸੀ 18 ਨੰਬਰ ਜਵਾਕ ਵੀ ਨਾ ਮੇਰੇ ਸਹੁਰੇ ਕੁੱਕਾ ਆਖਦੇ ਜਿਹੜੇ ਦਵਾਈ ਵਾਲੇ ਹਾਂਜੀ ਉੱਤੋਂ ਇਹਦੇ ਸਿਲਬਰ ਜਾ ਲੈਂਦਾ ਉਹਦੀਆਂ ਕੁਲਫੀਆਂ ਲੈ ਲੈਂਦਾ ਇਕੱਠਾ ਕਰਕੇ। ਅੱਛਾ ਜੀ ਹੋਰ 20 ਵਾਰੀ ਸ਼ਰਾਰਤੀ ਆ 20 ਵਾਰੀ ਕਿਹਾ ਮੈਂ ਕਿਹਾ ਕੰਮ ਨਾ ਕਰਾ ਜੀ ਬੈਗ ਦੇ ਹੱਥ ਨਾਲ ਲਾਉਂਦਿਆ ਕਰੋ ਹਟਦੇ ਨੀ ਹੈ ਭੂਰ ਕੇ ਰੱਖਿਆ ਕਰੋ ਮਹਾਰਾਜ ਬੱਚਿਆਂ ਨੂੰ ਭੂਰ ਦੇ ਤਾਂ ਪੂਰਾ ਗੱਲ ਕਰ ਮੈਨੂੰ ਐ ਲੱਗਦਾ ਉਹਨੂੰ ਮੇਰਾ ਡਾਕਟਰ ਸਾਹਿਬ ਪਾਸਾ ਹੀ ਖੜੂਗਾ। ਨਾ ਨਾ ਬਾਹੋ ਆ ਜਿਆਦੇ ਝਰਨ ਝਰਨ ਜੇ ਹੋਈ ਜਾਂਦੀ ਆ ਜੇ ਕਰਜਾਲ ਚਲੇ ਕਰ ਜਾਂਗੇ ਦੇਖ ਕੇ ਆਪਾਂ ਗੱਲਾਂ ਕਰਦਾ ਕਰਦਾ। ਡਾਕਟਰ ਸਾਹਿਬ ਮੈਂ ਤਾਂ ਨੀ ਲਵਾਉਂਦਾ ਡਾਕਟਰ ਸਾਹਿਬ ਮੈਂ ਨੀ ਲਵਾਉਂਦਾ ਐਡੀ ਸੂਈ ਤੂੰ ਨਿਕਲ ਲਿਆ ਤੇ ਚਾਦਰ ਪਾ ਯਾਰ ਇਧਰੋਂ। ਉਹ ਨਾ ਮੈਂ ਨੀ ਲਵਾਉਂਦਾ ਡਾਕਟਰ ਸਾਹਿਬ ਕਿਵੇਂ ਨੀ ਨਾ 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 ਮੈਂ ਤਾਂ ਗੋਲੀ ਦੇ ਦੋ ਕੋਈ ਭੱਜ ਲਈ ਘਰੇ ਉੱਪਰ ਦਾ ਹੋ ਜੀ ਓਦੂ ਬਾਅਦ ਮੇਰੀ ਗਰੰਟੀ ਨੀ 5-7 ਮਿੰਟ ਤਾਂ ਮੇਰੀ ਗਰੰਟੀ ਹੈ ਲਾ ਦੋ ਜੀ ਫਿਰ ਠੀਕ ਹੋ ਜਾ ਮੈਂ ਸਮਝ ਗਿਆ ਕੱਲ ਹੌਲੀ ਜੀ ਦਰਦ ਨਾ ਕਰੋ ਹਟ ਜਾ ਹਜੇ ਤਾਂ ਜਿੰਨਾ ਚਿਰ ਸਾਰਾ ਨੀ ਲੱਗਦਾ ਛੱਡੀ ਤਾਂ ਕਦੇ ਮੈਂ ਮੈਂ ਨੀ ਬੰਦੇ ਦਾ ਵੀ ਮਾਰਨਾ ਹੋਏ ਕੰਨਾ ਕੀ ਕਰਦਾ ਤੂੰ ਹਜੇ ਤਾਂ ਧੱਕੀ ਨੀ ਦਵਾਈ ਅੰਦਰ ਜਦੋਂ ਨਿੰਮੋ ਸਲਾਈ ਦੇ ਪੈਦਾ ਸੀਟਾ ਮੋਲ ਦਾ ਇੰਜੈਕਸ਼ਨ ਪਾਇਆ ਮਲ ਤੇਰੇ ਸਰੀਰ ਚ ਜਾ ਕੇ ਵਾਸ ਕਰਨਾ ਜੇ ਨਾੜਾਂ ਵਿੱਚ ਦੀ ਹੁੰਦਾ ਹੋਇਆ ਕੋਸ਼ਕਾਵਾਂ ਵਿੱਚ ਦੀ ਧਮਣੀਆਂ ਵਿੱਚ ਦੀ ਅੰਤਰੀਆਂ ਤਾਈ ਗਿਆ ਬਸ ਮਰ ਜਾ ਮਾੜਾ ਜਾ ਮਰ ਕੇ ਬਾਂਹ ਮੋੜ ਇਹ ਤਾਂ ਮੈਨੂੰ ਆਇਆ ਅਗਲਾ ਜਮਾਈ ਹੋਈ ਗਿਆ ਬਾਈ ਚਾਹ ਨੀ ਲਾ ਬੈਠਾ ਚੰਦ ਭੈਣ ਦੇ ਲੰਨ ਗਿਆ।
ਲੱਗਦਾ ਤਾਂ ਮੇਰਾ ਸਾਰਾ ਮੈਂ ਜਿੰਨਾ ਵਜਨ ਤਾਂ ਹੋਊਗਾ ਮੈਂ ਤਾਂ ਉਸ ਹਿਸਾਬ ਨਾਲ ਲਾਗਦਾ ਹਜੇ ਪਰ ਦਵਾਈ ਚੱਲਦੀ ਹੈ ਨਾ ਰੱਜ ਤਾਂ ਕਰਦਾ ਦਵਾਈ ਹੋਜੂ ਫਿਕਰ ਨਾ ਕਰ ਠੀਕ ਹੋ ਜਾਏਗਾ ਜੇ ਮਾੜਾ ਮੋਟਾ ਸੁਣਦਾ ਤਾਂ ਹੱਥ ਖੜਾ ਕਰਕੇ ਸਹੀ ਦਾ ਸਹਾਰਾ ਦੇਗਾ ਹੈ ਚੱਲ ਘਰੇ ਵੀ ਕੀ ਬੁੰਡ ਮਾਰਨੀ ਵੇਖਦਾ ਸੀ ਸਰਕਾਰ ਨੂੰ ਡਾਕਟਰ ਨੂੰ ਫੋਨ ਕਰਕੇ ਹਸਪਤਾਲ ਚ ਵੀ ਇੱਕ ਛੋਟਾ ਕਾ ਹੋਰ ਆ ਗਿਆ ਪੋਸਟ ਮਾਸਟਮ ਵਾਲਾ ਲਾ ਨੂੰ ਢੇਰੀਆਂ ਬੈਠਾ ਰੁਪਇਆ ਵੀ 20,000 ਕੱਢੀ ਬੈਠਾ ਤੇ ਜੇ 5 ਪੈ ਗਏ ਚੰਦ ਹੈਗੇ ਮਤਲਬ ਵੀ 1,00,000 ਤਾਂ ਦਿਹਾੜੀ ਵੱਟ ਤੇ ਆ ਨੇੜੇ ਚ ਕੌਣ ਪੁੱਛਦਾ ਧੱਕੀ ਆ ਭੈਣ ਜੀ ਲੰਨ ਲਵੇ ਆਪੇ ਭੈਣ ਜੀ ਲੈ ਜੂ ਕੂ ਕੂ ਕਰ ਘੰਟਾ ਹੋ ਗਿਆ ਬਾਪੂ ਡਾਕਟਰ ਕੋਲ ਆਇਆ ਸੀ ਤੇ ਡਾਕਟਰ ਕੋਲ ਕੀ ਕਰਨ ਲੱਗ ਗਿਆ ਹੋਊ ਆਪੂ ਯਾਰ ਕਿਤੇ ਉਹਨਾਂ ਪੀਣ ਪੂਣ ਲੱਗ ਗਏ ਹੁਣ ਡਾਕਟਰ ਦੀ ਦੁਕਾਨ ਵੀ ਬੰਦ ਪਈ ਹੈ ਯਾਰ ਕੱਲ੍ਹ ਘਰੇ ਬੋਲ ਮਾਰਦੇ ਹਾਂ ਉੱਧਰੋਂ ਬੇਬੇ ਲੜੀ ਜਾਂਦੀ ਹੈ ਐਂ ਤਾਂ ਅੱਧੀ ਰਾਤ ਮੈਨੂੰ ਸਿਆਪਾ ਕਰ ਦਿੰਦੇ ਕਰਦਾ ਕੀ ਹੈ ਇੱਥੇ ਬੋਲ ਮਾਰ ਮੇਰਾ ਬਾਪੂ ਨੀ ਆਇਆ ਸੀ ਆਇਆ ਸੀਗਾ ਕਿੱਥੇ ਆਈ ਐਡਮਿਟ ਕਰ ਲਿਆ ਸੀ ਐਡਮਿੰਟ ਕਿਵੇਂ ਜੀ ਉਹਦਾ ਮਸਲ ਵੀ ਟਾਇਕ ਦੀ ਸ਼ਿਕਾਇਤ ਜੀ ਹੋ ਗਈ ਸੀ ਅੱਛਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਇਸ ਗੱਲ ਦਾ ਬਾਪੂ ਦਾ ਲੰਮੀਆਂ ਤਾਂ ਨੀਂਦ ਇੰਜੈਕਸ਼ਨ ਦਿੱਤਾ ਨੀਂਦ ਵਾਲਾ ਇੰਜੈਕਸ਼ਨ ਸੁੱਕ ਗਈ ਸੀ ਬਾਪੂ ਬੜਾ ਹੋ ਗਿਆ ਸੀ ਮੁੜਕੋ ਮੁੜਕੀ ਘਬਰਾਹਟ ਆ ਗਈ ਚੱਲ ਕੋਈ ਮੈਨੂੰ ਬਗਾਨਾ ਥੋੜੇ ਚਲੇ ਜਾਂਦੇ ਉੱਥੇ ਨਾ ਨਾ ਏਮਜ ਆਪਣੀ ਗਿਰੀਸ਼ ਕੋਲੋਂ ਮੈਨੂੰ 70 ਸਾਲ ਹੋ ਗਏ ਮੇਰੇ ਬਾਪੂ ਕੋਲੇ ਬੈਠ ਗਈ ਸਾਰੇ ਲਾ ਕੇ ਮੈਂ ਜਿੰਨੇ ਲੋੜ ਸੀ ਆਪਾਂ ਦਵਾਈਆਂ ਰੱਖ ਕੇ ਕਢਾਉਣੀਆਂ ਸਾਹ ਵੀ ਨੀ ਆਉਂਦਾ ਧੜਕਣਾ ਜੀ ਰੁਕੀ ਪਈ ਮੈਨੂੰ ਤਾਂ ਐ ਲੱਗਦਾ ਨਹੀਂ ਨਹੀਂ ਮੁੜਕਾ ਕਿਉਂ ਠੰਡਾ ਜਿਹਾ ਹੋ ਗਿਆ ਪਰ ਟੀਕੇ ਨਾਲ ਹੋ ਗਿਆ ਦਿੱਤਾ ਜੀ ਨਾ ਸੁਣਨ ਨੂੰ ਤਾਂ ਕਿ ਮੈਂ ਪਲੇਸ਼ਨ ਕਰਨਾ ਸੀ ਹਰਨੀਆਂ ਦਾ ਊਂ ਲਾਇਆ ਅੱਛਾ ਪਰ ਉਹਦੇ ਨਾਲ ਹੀ ਐ ਪੈ ਗਈ ਹੋ ਜਾਂਦਾ ਕਈ ਵਾਰੀ ਇਹਨੇ ਕਿਹੜਾ ਕਦੇ ਨਸ਼ਾ ਕਰਿਆ ਵਿਚਾਰੇ ਨੇ ਮੈਨੂੰ ਤਾਂ ਦੇਖ ਕੇ ਘਬਰਾਹਟ ਜੀ ਹੋਣ ਲੱਗ ਗਈ ਜੀ ਘਬਰਾਹਟ ਹੁੰਦੀ ਆ ਹੋਰ ਮੈਨੂੰ ਤਾਂ ਅੱਜ ਕੱਲ ਛੇੜਾ ਕਰਮੀ ਆ ਪਚਾ ਕੋਈ ਨਹੀਂ ਪੰਜੇ ਦਾ ਲਾ ਹੀ ਦੇ ਡਾਕਟਰ ਸਾਹਿਬ ਮੈਨੂੰ ਘਬਰਾਹਟ ਹੁੰਦੀ ਗੋਲੀ ਗੋਲੀ ਦੇ ਦਿਓ ਕੋਈ ਨਹੀਂ ਮਾਤਲ ਨਾ ਵੀ ਬਚਿਆ ਪਿਆ ਮੇਰੇ ਕੋਲੇ ਹੈ ਛੇ ਤੁਸੀਂ ਉਹ ਚੱਕੀ ਫਿਰਦੇ ਹੋ ਜੀ ਉਹ ਉਹ ਜਾਊਗਾ ਬਚਿਆ ਜੀ ਡਾਕਟਰ ਸਾਹਿਬ ਬਚਿਆ ਪਿਆ ਸੀਗਾ
ਬਾਪੂ ਦੇ ਗਲਤ ਟੀਕਾ ਲੱਗ ਗਿਆ ਤੇਰੇ ਨਾਲ ਨਾ ਆਪਾਂ ਲੈ ਚੱਲਦੇ ਆ ਜੇ ਕੋਈ ਗਲਤ ਸਾਡਾ ਟੀਕਾ ਰਬਾ ਤੇਰੇ ਨਾਲ ਨਾ ਮਾੜਾ ਜਿਹਾ ਕੋਈ ਨੀ ਘਬਰਾ ਨਾ ਸਿਰਜਾ ਹੋਰ ਹੀ ਹੋਣ ਲੱਗ ਗਿਆ ਕੋਈ ਨੀ ਕੋਈ ਨੀ ਤੇਰੇ ਨਾਲ ਤੇਜ਼ਾਬ ਦਾ ਲਾ ਦੇਣਾ ਇੱਕ ਮਿੰਟ ਤੇ ਆਪਦੀ ਗੋਲੀ ਦੇ ਦਿੰਦੇ ਜੀ ਨਹੀਂ ਨਹੀਂ ਸਿਰਾ ਟੀਕਾ ਸਾਨੂੰ ਪਤਾ ਰੋਜ਼ ਦੇ ਕੰਮ ਆ ਇੰਨਾ ਟੀਕਾ ਜੀ ਇੰਨਾ ਟੀਕਾ ਕਿਵੇਂ ਚੱਲੂਗਾ ਜੀ ਮੈਂ ਝੱਲਣ ਝੁੱਲਣ ਵਾਲੀ ਗੱਲ ਨੀ ਹੁੰਦੀ ਬਸ ਮੈਨੂੰ ਟੀਕੇ ਤੋਂ ਡਰ ਲੱਗਦਾ ਜੀ ਮੈਂ ਤਾਂ ਲਵਾਇਆ ਨੀ ਕਦੇ ਡਰ ਤਾਂ ਮੈਨੂੰ ਵੀ ਬਹੁਤ ਲੱਗਦਾ ਵੀ ਬੱਚੂ ਖਣਾ ਇੱਕ ਮਿੰਟ ਹਜੇ ਸੂਈ ਕਡੋਰੀ ਆ ਲੈ ਮਾਈਆ ਹੈ ਕਾਂਵਲਾ ਆਦਮੀ ਖੋ ਜਾ ਜੋੜਾ ਛੱਡ ਤਾ ਮੰਜਾ ਮੁੜਕ ਗਿਆ ਬੰਦੀ ਕੇਸ ਹੀ ਦੋ ਆ ਗਏ ਚੰਦ ਬਚਣਾ ਦੋਸ਼ ਗਏ ਚਰਜੇ ਮਾਰ ਦੇ ਲਖਾਚੂ ਨਹੀਂ ਤਾਂ ਮੁਸ਼ਕਲ ਆ ਇਹ ਤਾਂ ਨੀ ਬਚਦੇ ਦੋਨੇ ਕਰਕੇ ਮੰਟ ਬੋਲੂਗਾ ਵੀ ਸਵਾਥਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚੜ੍ਹਦਾ ਵਿੱਚ ਜਾ ਬਣਾ ਜੇ ਮੈਥੋਂ ਤਾਂ ਚੱਲਿਆ ਨਹੀਂ ਜਾਣਾ ਚਾਹੁੰਦਾ ਦੋ ਕਲੀਆਂ ਵਰਗੇ ਜਵਾਨ ਮੰਟ ਹੋਇਆ ਕੀ ਪਤਾ ਖਬਰੇ ਬਚ ਰਹਿਣ ਜੇ ਵਧੀ ਹੋਈ ਤਾਂ ਫਿਰ ਤਾਂ ਨੀ ਹੁੰਦਾ ਬਾਲ ਬਿੰਗਾ ਜੇ ਭਾਈ ਮੌਤ ਹੀ ਮੇਰੇ ਹੱਥੋਂ ਲਿਖੀ ਹੋਈ ਫਿਰ ਤਾਂ ਪੀ ਕੇ ਪਾਣੀ ਚੰਨਣ ਵੀ ਦੇ ਮੰਗ ਫਿਰ ਨੀ ਉੱਠਦੇ ਫਿਰ ਚੱਲ ਆਏ ਕਹਿ ਦਿਆਂਗੇ ਆਪ ਚੀ ਲੜਕੇ ਮਰ ਗਏ ਦਾਦਾ ਪੋਤਾ ਅਰੇ ਭੈਣ ਦੇ ਲੰਨ ਦੇ ਕਹਿੰਦੇ ਉਂਗਲਾਂ ਅੰਗਲਾਂ ਨਹੀਂ ਵੀ ਆ ਜਾਂਦੀਆਂ ਟੀਕਾ ਲੱਗੇ ਦੀਆਂ ਚੱਲ ਬਾਪੂ ਦਾ ਨਾਂ ਧਰ ਦਿਆਂਗੇ ਮਰਿਆ ਉਹਦਾ ਕੀ ਲੰਗੜਾ ਫੜ ਲੂਗੀ ਅੱਖਾਂ ਵੀ ਉਹਨੇ ਗਿਆ ਸੀ ਮੈਨੂੰ ਤਾਂ ਆਪੇ ਜਵਾਨ ਤੇ ਜਬੂਨ ਤੇ ਲੱਗ ਗਈ ਉਹ ਥੱਕਦਾ ਵੀ ਪੁਰਾਣੀ ਖੁਰਾਕ ਦੇ ਹਿਸਾਬ ਨਾਲ ਗੱਦਿਆਲ ਬਚ ਰਹੇ ਤਾਂ ਬਚ ਰਹੇ ਤਾਂ ਪੁਰਾਣਾ ਬੰਦਾ ਛੇਤੀ ਮਰਦਾ ਨਹੀਂ ਹੈ ਜੇ ਤਾਂ ਬਚ ਗਏ ਜੇ ਤਾਂ ਗੱਦਿਆਲ ਬਚ ਗਿਆ ਮਤਲਬ ਫਿਰ ਤਾਂ ਗੱਦਿਆਲ ਦੀ ਬੁਰੀ ਨਹੀਂ ਬਚਦੀ ਡੋ ਜੀ ਇੰਨੀ ਜੇ ਬੈਠੇ ਮਹੀਨਾ ਡੋਰ ਮਹੀਨਾ ਤਾਂ ਡਿੱਗਣੇ ਨੀ ਇਹ ਮੰਦਰ ਹਲਾਓ ਜੇ ਜਵਾਕ ਜਾ ਬਚ ਗਿਆ ਸਕੂਲ ਚ ਨੀ ਛੱਡਦਾ ਕਿਸੇ ਨੂੰ ਹਾਰੀ ਕੱਢੇ ਬਿਨਾ ਦਵਾਈ ਤੇਜ ਲਾ ਬੈਠੇ ਦੇਖੋ ਭਾਈ ਚਲੋ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਜਿਹੜੀ ਬਣਦੀ ਹੈ ਕੀ ਪਤਾ ਰੱਬ ਜਾਣੇ ਬਚਦਾ ਇਹਨੂੰ ਇਹ ਤਾਂ ਐਂ ਲੱਗਦਾ ਮੇਰਾ ਸਹੁਰਾ ਜਿਵੇਂ ਦਿੱਲੀ ਵੇਲੇ ਕਰੋਨਾ ਵੇਲੇ ਨੀ ਦਿੱਲੀ ਪਾਏ ਹੁੰਦੇ ਸੀ ਖਬਰਾਈਆਂ ਜਾਂ ਦਿਖਾਉਂਦੇ ਹੁੰਦੇ ਸੀ ਟੈਂਪੂ ਕਾਈਆਂ ਤੇ ਲੁੱਟ ਕੰਗੇ ਸੀ ਉਹ ਕੰਮ ਬਣ ਗਏ ਸਾਂ ਓਏ ਭੈਣ ਦੇ ਜੰਨ ਜਾ ਸੱਚ ਬਾਪੂ ਕਹੀ ਆਉਂਦਾ ਸੀ ਕਿ ਸਰਦਈ ਜੇ ਕਾਕਰੇ ਚੋਂ ਲਾ ਦੇ ਕੇ ਜੇ ਬੰਦਾ ਪਾਲਾ ਓਵਰ ਹੋ ਜੇ ਉਹ ਲਾ ਕੇ ਭਲਾ ਕੀ ਆ ਕੋਈ ਥਾਂ ਮੁੜਿਆ ਹੋਣ ਭੈਣ ਦੇ ਲੰਨ ਦੇ ਆਹਾ ਜੀ ਤੇ ਉੱਠ ਗਏ ਜੀ ਪੁੱਤ ਇਹ ਕਹਿੰਦਾ ਹੁੰਦਾ ਸੀ ਯਾਰ ਜੇ ਬਚ ਰਹੇ ਨਾ ਇਹ ਲਾ ਕੇ ਦੇਖ ਲਾ ਮਰੇ ਤੁਹਾਨੂੰ ਪਈ ਇਹਨੂੰ ਕਿਹੜਾ ਪਤਾ ਲੱਗੇ ਕੀ ਲਾਈ ਜਾਂਦਾ ਧੱਕੀ ਜਾ ਜਿਹੜੇ ਹੈਗੇ ਭੈਣ ਜੀ ਲੜਨ ਲਵੇ ਕੋਈ ਤਾਂ ਕੰਮ ਕਰੂ ਕੋਈ ਤਾਂ ਕੰਮ ਕਰੂ ਧੱਕੀ ਜਾ ਜਿਹੜੀ ਜਿੰਨੀਆਂ ਕਾਕੜੇ ਪਏ ਸਾਰੇ ਜੋ ਲਾ ਉਹਨਾਂ ਦੇ ਲਾ ਦਿੰਦੇ ਦਸ ਦਾ ਵਿਚਾਰੇ ਕੀ ਇਹਨਾਂ ਦਾ ਕੋਈ ਪਰਮਾਤਮਾ ਸੁਣ ਲਿਆ
ਪਰਮਾਤਮਾ ਬਚਾਰਿਆਂ ਦੀ ਕੋਈ ਸੁਣ ਲਏ ਪੁੰਨ ਕਰਿਆ ਹੋਵੇ ਕੋਈ ਜਿਹੜਾ ਵੀ ਕਰਮ ਵਾਲਿਆ ਜੇ ਤਾਂ ਤੇਰੀ ਬਦੀ ਫਿਰ ਤੈਨੂੰ ਹੁੰਦਾ ਬਾਲ ਬਿੰਗਾ ਤੇ ਨਹੀਂ ਤਾਂ ਫਿਰ ਤੈਨੂੰ ਪਤਾ ਬਾਲ ਮੁੜ ਕੇ ਬੁੰਡ 'ਚ ਪਈ ਗਏ ਨੇ ਦਸ ਮਹੀਨੇ ਵੀ ਇਹਦੇ ਲਾੜੇ ਭੈਣ ਦੇ ਲੰਨੂ ਤੇ ਭੈਣ ਦਾ ਲੰਨ ਕੁੜਤਾ ਤਾਂ ਕਾਲੀ ਵਾਲਾ ਐਂ ਭਾਈ ਬੁੱਢੇ ਮੈਂ ਨਾਨਕ ਛੱਕ ਭਰਨੀ ਹੁੰਦੀ ਆ ਭੈਣ ਦੇ ਲੰਜ ਬਚ ਗਿਆ ਹੋਈ ਹਲਦਾ ਹਲਦਾ ਗਰਕਣੇ ਬਹਿ ਗਿਆ ਸਰਿੰਜ ਪੂੰਝ ਕੀਤੀ ਭੈਣ ਦੇ ਲੰਨ ਗਿਆ ਸੱਚਾ ਪਾਤਸ਼ਾਹ ਇਹ ਕਰਮ ਵਾਲਿਆ ਇਹ ਸੂਈ ਮਾਤਾ ਇਹ ਸਰਿੰਜ ਦੇਵਤਾ ਇਹ ਕੋਈ ਭਲਾ ਬੋਲੋ ਬਚ ਗਿਆ ਨਾ ਤੂੰ ਮੁੰਡਾ ਜਰਮਾਨਾ ਸੀ ਭਾਈ ਹੁਣ ਅੱਗੇ ਨਾਲ ਸਿਰਾ ਚੱਕਿਆ ਕੋਈ ਅੱਠ ਚੱਕ ਰਿਹਾ ਹੁੰਦਾ ਹੋ ਸਕਦਾ ਭਾਈ ਜਵਾਨ ਵੀ ਵਾਪਸ ਆ ਜਾਈਏ ਇਹਦੇ ਕੋਈ ਕਰਮ ਕਰੇ ਕੋਈ ਚਲੋ ਜੇ ਮੈਂ ਲਿਖਿਆ ਆਪ ਵੀ ਮਰਿਆ ਹੋਰ ਸੁੱਖੇ ਮੂੰਹਾਂ ਦਾ ਦੋ ਕਾਫਰ ਰਹਿੰਦੇ ਜਿਹੜੇ ਪਰਚੇ ਨੀ ਹੱਥ ਬੰਨੇ ਜੀ ਬਸ ਖੜ ਜੋ ਅੱਛਾ ਤੂੰ ਘਬਰਾਹਟ ਤਾਂ ਨੀ ਆਉਂਦਾ ਘਬਰਾਹਟ ਤਾਂ ਮੇਰਾ ਸਾਰੀ ਉਮਰ ਹੀ ਨੀ ਆਉਣਾ ਘਬਰਾਹਟ ਬੁੱਢੀ ਭੈਣ ਜੀ ਆਊ ਜਦੋਂ ਜੀਂਦੇ ਨੀ ਮੂਹਰੇ ਕੁਛ ਘਬਰਾਹਟ ਕਾ ਜਾਊ ਹੁਣ ਉਹ ਬਾਦਸ਼ਾਹ ਪੁੱਛ ਤੇਰੇ ਬਾਪੂ ਨੂੰ ਬਾਪੂ ਠੀਕ ਆ ਤੂੰ ਗੱਡਿਆ ਜਾ ਤੂੰ ਨੀ ਮੇਰਾ ਲੱਤ ਬਾਂ ਹਲਦੀ ਆ ਡਾਕਟਰ ਸਾਹਿਬ ਇੱਧਰ ਲਾਇਆ ਜੀ ਕੁਛ ਨਾ ਜੀ ਲਾਤੀ ਨੀ ਹਲਦੀ ਨਾ ਨਾ ਤੇਰੇ ਬਾਪੂ ਨੇ ਚਬੋਤਾ ਕੁਛ ਸਿਰਾ ਮੈਂ ਨੀ ਹੱਥ ਲਾਇਆ ਲੱਗਦਾ ਮਿੱਤਾ ਲੱਗਦਾ ਇਹ ਤਾਂ ਚੰਗਾ ਭਜਾ ਹੋ ਗਿਆ ਓਏ ਜਮੀ ਮਿਹਨਤ ਨਹੀਂ ਸੀ ਬਚਣ ਬਾਪੂ ਓਏ ਤਾਂ ਹੁਣ ਵਰਜਿਸ਼ ਕਰਦਾ ਵਰਜਿਸ਼ ਕਰ ਰਹੇ ਨੇ ਚੱਲ ਗਏ ਘਰੇ ਬੀਬੀ ਡਿੱਗਦੀ ਆ ਭੈਣ ਜੀ ਬੁੰਡ ਬੀਬੀ ਜੇ ਵੀ ਮਾਰਦੀ ਜਾਣਦੀ ਆ ਸਾਲਾ ਬੀਬੀ ਦਾ ਦਰਸਾਓ ਉਹ ਵਰਜਿਸ਼ ਕਰਦਾ ਕੋਈ ਨੀ ਤੁਹਾਡਾ ਚੱਲਣ ਦਾ ਨੀ ਪਤਾ ਸੀ ਤੁਹਾਨੂੰ ਲੱਤਾਂ ਦੀ ਪਈ ਆ ਕੋਈ ਸੁੱਖ ਚੀਰ ਨੀ ਦਿਓ ਸਾਰੇ ਜਰਾਂਦ ਰੱਖ ਠੀਕ ਆ ਚੱਕਿਆ ਬਾਂ ਠੀਕ ਆ ਬਾਪੂ ਸੱਚਾ ਡਾਕਟਰ ਸਾਹਿਬ ਕੋਈ ਗਲਤ ਟੀਕੇ ਲਾਏ ਜਮਾ ਸਹੀ ਲਾਇਆ ਥੋੜੀ ਜੀ ਬੇਬਲੂਮੀ ਦੋ ਮੈਂ ਤਾਂ ਚੰਗਾ ਭਲਾ ਸੀਗਾ ਜੀ ਤੇ ਹੁਣ ਕੀ ਬੁੱਢ ਪਾਟੀ ਆ ਹੁਣ ਵੀ ਚੰਗਾ ਭਲਾ ਛੱਡਤੀ ਹੁਣ ਲਾਤੀ ਮੇਰੀ ਤਾਂ ਹਲਤ
ਕੋਈ ਨੀ ਸਭ ਕੁਛ ਚੱਲੂ, ਇੱਕ ਕਾਕੜੇ ਦੋ ਹੋਰ ਪਏ ਉਹ ਲਾਵਾਂਗੇ। ਮੇਰੇ ਲੱਗੇ ਛੇ ਨਾ ਚੱਲ ਬਾਪੂ, ਪਰ ਮੇਰੀ ਤਾਂ ਲੱਤ ਹੀ ਜਮਾਏ ਲੱਗਦਾ ਮੈਨੂੰ ਖੜ ਗਈ। ਡਾਕਟਰ ਸਾਹਿਬ ਇੱਥੋਂ ਵੀ ਬੈਠਾ ਹੋਇਆ ਜਾਂਦਾ। ਡਾਕਟਰ ਸਾਹਿਬ ਜਲਦੀ ਨੇ ਮਾਂ ਉਹ ਕਿੰਨਾ ਸਾਰਾ ਕੁਛ ਹੋ ਗਿਆ। ਡਾਕਟਰ ਬੜਕਾ ਬੜਕਾ ਸ਼ਰਮ ਤਾਂ ਨਹੀਂ ਆ ਬੜਾ ਹੋਏ। ਹਾਂ ਡਰਾਈਵਰ ਹੈ ਉਹ ਕੰਜਰ ਜਾ ਚੁਕਾ ਲੇ ਕਿਤੇ ਨੋਟ ਕਸ਼ੀ ਫਿਰਦਾ।